ਥੋੜੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ, ਉਹਦੀ ਟੌਰ ਰਹੇਗੀ ਤੇ ਤੁਹਾਡੀ ਵੀ ਟੌਰ ਰਹੇਗੀ। ਇਹ ਫਿਰ ਕਿੱਥੋਂ ਸਿੱਖ ਲਈਆਂ ਗੱਲਾਂ ਬਾਬਾ ਜੀ? ਓ ਯਾਰ ਏਦਾਂ ਨਹੀਂ, ਮਤਲਬ ਕਿ ਜਿਹੜਾ ਮੁੰਡਾ ਹੁੰਦਾ ਉਹਦੇ ਦਿਲ 'ਚ ਇਹੀ ਹੁੰਦਾ ਵੀ ਹਮੇਸ਼ਾ, ਜਿੱਦਾਂ ਮੰਨ ਲਓ ਵੀ ਜਿੱਦਾਂ ਮੈਂ ਆਲੇ ਦੁਆਲੇ ਦੇਖਦੀ ਹਾਂ, ਬੰਦੇ ਕਹਿ ਦਿੰਦੇ ਹੁੰਦੇ ਵੀ ਲੜਾਈ ਕਮਰੇ 'ਚ ਹੀ ਕਰਨੀ ਹੈ, ਬਾਹਰ ਤੂੰ ਮੈਂ ਤੈਨੂੰ ਜੋ ਮਰਜ਼ੀ ਕਹਿ ਦਾਂ ਤੂੰ ਬੋਲਣਾ ਨਹੀਂ। ਉਹ ਇੱਕ ਤਾਂ ਵੀ ਹੁੰਦਾ, ਵੈਸੇ ਵੀ ਇੱਦਾਂ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਵੀ ਨਹੀਂ ਇੱਕ ਜਨਾਨੀ ਨੂੰ ਆਪਦੇ ਹਸਬੈਂਡ ਦੇ ਨਾਲ ਚਾਰ ਬੰਦਿਆਂ 'ਚ, ਕਿਉਂਕਿ ਇੱਕ ਰੁਤਬਾ ਬਣਿਆ ਹੁੰਦਾ। ਤੁਸੀਂ ਆਪਦੇ ਬੰਦੇ ਦੀ ਇਨਸਲਟ ਕਰ ਦੋਗੇ ਚਾਰ ਬੰਦਿਆਂ 'ਚ, ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ। ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ, ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਤੇ ਥੋੜੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ, ਉਹਦੀ ਟੌਰ ਰਹੇਗੀ ਤੇ ਤੁਹਾਡੀ ਵੀ ਟੌਰ ਰਹੇਗੀ। ਇਹ ਫਿਰ ਕਿੱਥੋਂ ਸਿੱਖ ਲਈਆਂ ਗੱਲਾਂ ਬਾਬਾ ਜੀ? ਓ ਯਾਰ ਏਦਾਂ ਨਹੀਂ, ਮਤਲਬ